ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਬਰਿੰਦਰ ਆਲੂਵਾਲੀਆ ਬੋਲ ਰਿਹਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ, ਦੱਸੋ ਕੀ ਕਹਿੰਦੇ ਹੋ। ਇਹ ਕੁੜੀ ਜਿਹੜੀ ਹੈ ਨੇਟਿਵ ਤ੍ਰਿਨੀਦਾਦ ਦੀ ਨੇਟਿਵ ਹੈ ਜਾਂ ਇੰਡੀਅਨ ਡਿਸੈਂਟ ਦੀ ਹੈ? ਦੈਟਸ ਆਈ ਐਮ ਨੋਟ ਸ਼ੋਰ। ਮੋਸਟ ਆਫ ਦੈਮ ਜਿਹੜੇ ਕੰਸਿਡਰ ਕਰਦੇ ਆ ਆਪਣਾ ਕਿ ਯੂ ਨੋ ਗ੍ਰੈਂਡ ਪੇਰੈਂਟਸ ਵਗੈਰਾ ਇੰਡੀਅਨ ਡਿਸੈਂਟ ਦੇ ਹੀ ਹੁੰਦੇ ਆ, ਬਟ ਆਈ ਐਮ ਨੋਟ ਸ਼ੋਰ। ਹਾਂ, ਇੱਕ ਦੈਟਸ ਉਹ ਬੜੀ ਜ਼ਰੂਰੀ ਚੀਜ਼ਾਂ ਜੋ ਮੈਂ ਅੱਗੇ ਕਹਿਣ ਜਾ ਰਿਹਾ। ਦੇਖੋ, ਹਿੰਦੁਸਤਾਨੀ ਤੁਹਾਨੂੰ ਪੁਰਾਣੇ ਸੈਟਲਰ ਦੋ ਆਈਲੈਂਡਸ 'ਤੇ ਮਿਲਣਗੇ, ਇੱਕ ਫੀਜੀ ਆਈਲੈਂਡ ਅਤੇ ਇੱਕ ਤ੍ਰਿਨੀਦਾਦ ਟੋਬੈਗੋ ਜਮੈਕਾ। ਤ੍ਰਿਨੀਦਾਦ ਟੋਬੈਗੋ 'ਚ ਹਿੰਦੂ ਬਥੇਰੇ ਨੇ ਜੀ, ਕਿਉਂਕਿ ਮੈਂ ਆਹ ਤੁਸੀਂ ਦੇਖੋਗੇ ਵੈਸਟ ਇੰਡੀਜ਼ ਕ੍ਰਿਕਟ ਟੀਮ ਦੇ ਵਿੱਚ ਇੰਡੀਅਨ ਡਿਸੈਂਟ ਦੇ ਬਹੁਤ ਸਾਰੇ ਪਲੇਅਰ ਨੇ। ਹਾਂਜੀ, ਮੈਂ ਕਿਉਂਕਿ ਕ੍ਰਿਕਟ ਖੇਡਦਾ, ਮੇਰੇ ਇੱਥੇ ਦੋਸਤ ਮੇਰੇ ਟਾਊਨ ਦੇ ਵਿੱਚ ਕੈਰੀਬੀਅਨਸ ਬਹੁਤ ਨੇ, ਜਿੰਨਾ ਮੈਂ ਇਹਨਾਂ ਨੂੰ ਜਾਣਦਾ, ਇਹ ਇੰਨਾ ਜ਼ਿੰਦਾ ਦਿਲ ਇਨਸਾਨ ਹੁੰਦੇ ਨੇ ਔਰ ਇੰਨੇ ਖੁਸ਼ਹਾਲ ਹੁੰਦੇ ਨੇ ਕਿ ਇਹ ਮੌਜੂਦਾ ਹਾਲਾਤ 'ਚ ਜੀਣਾ ਜਾਣਦੇ, ਨਾ ਪਾਸਟ ਨੂੰ ਪਹਿਚਾਣਦੇ ਨੇ ਨਾ ਫਿਊਚਰ ਨੂੰ ਜਾਣਦੇ ਨੇ, ਇਹ ਪ੍ਰੈਜ਼ੈਂਟ 'ਚ ਜੀਣਾ ਜਾਣਦੇ ਨੇ। ਇਹਨਾਂ ਦੇ ਘਰ ਕੋਈ ਮੌਤ ਵੀ ਹੋ ਜਾਏ ਤਾਂ ਇਹ ਨੱਚਦੇ ਨੇ। ਇਹ ਤੁਸੀਂ ਰੋਂਦਾ ਵੀ ਕੋਈ ਹੋਵੇ, ਮੈਂ ਨਹੀਂ ਦੇਖਿਆ ਕਿ ਤੇ ਰੋਂਦਾ ਵੀ ਕੋਈ ਹੋਵੇ ਨਾ, ਤੁਸੀਂ ਡਰਮ ਵਜਾਓ ਦੇ ਨੱਚਣਾ ਸ਼ੁਰੂ ਕਰ ਦਿੰਦੇ ਨੇ, ਇੰਨੇ ਜੋਵੀਲ ਨੇ ਇਹ ਲੋਕ ਜੀ। ਹੁਣ ਇਹਨੇ ਜਿਹੜਾ ਵਿਆਹ ਕੀਤਾ ਹੈ, ਕੰਡੀਸ਼ਨ ਜ਼ਰੂਰ ਰੱਖੀ ਹੈ ਔਰ ਉਹ ਕੰਡੀਸ਼ਨ ਹਸਬੈਂਡ ਨੂੰ ਵੀ ਪਤਾ ਸੀ, ਉਹਨਾਂ ਨੇ ਰਹਿ ਕੇ ਦੇਖ ਲਿਆ, ਕੋਈ ਕਾਰਨ ਹੈ ਜ਼ਰੂਰ ਜਿਹੜਾ ਕਿ ਉਹ ਹੁਣ ਸਮਝ ਨਹੀਂ ਪਾ ਰਿਹਾ ਔਰ ਉਹ ਸਮਝ ਨਹੀਂ ਪਾ ਰਿਹਾ। ਇਹਨੂੰ ਇਹ ਬੜਾ ਚੇਤੇ ਰੱਖਣਾ ਪਏਗਾ ਕਿ ਉਸਨੇ ਤੇਰੇ ਨਾਲ ਪਿਆਰ ਕੀਤਾ, ਤੇਰੇ ਮਾਂ ਪਿਓ ਨਾਲ ਨਹੀਂ, ਉਹਨਾਂ ਦੀ ਰਿਸਪੈਕਟ ਕਰਦਾ ਪਰ ਪਿਆਰ ਉਹਨੇ ਤੇਰੇ ਨਾਲ ਕੀਤਾ ਜੀ ਜੀ ਕੀਤਾ, ਤੇ ਉਹ ਮਾਂ ਪਿਓ ਦੇ ਨਾਲ ਉਹ ਰਹਿ ਕੇ ਉਹਨੇ ਦੇਖਿਆ, ਪਹਿਲੇ ਨਹੀਂ ਕਿਹਾ, ਰਹਿ ਕੇ ਦੇਖ ਲਿਆ, ਉਹ ਮਹਿਸੂਸ ਕਰਦਾ ਕਿ ਮੈਂ ਨਹੀਂ ਰਹਿ ਸਕਦਾ ਉਹਨਾਂ ਦੇ ਨਾਲ, ਲੇਕਿਨ ਤੈਨੂੰ ਪਿਆਰ ਕਰਨ ਦੀ ਖਾਤਰ ਤੈਨੂੰ ਮਨਾ ਨਹੀਂ ਕਰ ਰਿਹਾ, ਤੈਨੂੰ ਹਰਟ ਨਹੀਂ ਕਰ ਰਿਹਾ, ਉਹ ਆਪ ਅਲੱਗ ਹੋ ਗਿਆ, ਇਹ ਉਹ ਆਪਣੀ ਕੁਰਬਾਨੀ ਦੇ ਰਿਹਾ, ਇਸ ਨੂੰ ਸਮਝਣਾ ਚਾਹੀਦਾ। ਹੁਣ ਜੀ ਬ੍ਰਿੰਦਰ ਜੀ, ਔਰ ਮਨਾ ਵੀ ਨਹੀਂ ਕਰ ਰਿਹਾ, ਸੋ ਹੀ ਕੀਪਸ ਸ਼ਿਫਟਿੰਗ ਬਿਟਵੀਨ ਟੂ ਹਾਊਸਸ। ਹਾਂ, ਉਹ ਇਸੇ ਕਰਕੇ, ਸੋ ਇਟਸ ਲਾਈਕ ਕਿ ਹੀ ਲਾਈਕਸ ਦੈਟ ਸਪੇਸ ਬਟ ਦੈਨ ਹੀ ਇਜ਼ ਓਕੇ ਵਿਦ ਹੇਅਰ ਟੂ। ਹਾਂ, ਉਹ ਇਹਨੂੰ ਹਰਟ ਨਹੀਂ ਕਰਨਾ ਚਾਹੁੰਦਾ, ਇਹਨੂੰ ਛੱਡਣਾ ਵੀ ਨਹੀਂ ਚਾਹੁੰਦਾ, ਲੇਕਿਨ ਉਹ ਇਹਦੇ ਮਾਂ ਪਿਓ ਨਾਲ ਵੀ ਨਹੀਂ ਰਹਿਣਾ ਚਾਹੀਦਾ। ਹੁਣ ਇਹਨੂੰ ਕੀ ਕਰਨਾ ਚਾਹੀਦਾ, ਮੈਂ ਉਸ ਤੇ ਆ ਰਿਹਾ ਜੀ। ਇਹਨੂੰ ਇਹ ਦੇਖੋ, ਹੀ ਇਜ਼ ਯੋਰ ਫਸਟ ਲਵ, ਇੰਪੋਰਟੈਂਟ ਕੀ ਹੈ, ਇਹ ਤੁਹਾਡਾ ਹਸਬੈਂਡ ਇਸ ਕਰਕੇ ਇੰਪੋਰਟੈਂਟ ਹੈ, ਇਸ ਕਰਕੇ ਨਹੀਂ ਜੇ ਤੁਹਾਡਾ ਹਸਬੈਂਡ ਹੈ, ਇਸ ਕਰਕੇ ਇੰਪੋਰਟੈਂਟ ਹੈ ਕਿ ਹੁਣ ਤੁਹਾਡੇ ਦੋ ਬੱਚੇ ਨੇ ਜੀ, ਉਹਨਾਂ ਦਾ ਫਿਊਚਰ ਤੁਹਾਡੇ ਦੋਨਾਂ ਤੇ ਡਿਪੈਂਡ ਕਰਦਾ, ਤੁਸੀਂ ਦੋਨਾਂ ਦੀ ਜ਼ਿੰਮੇਵਾਰੀ ਹੈ ਕਿ ਯੂ ਗਿਵ ਦੈਮ ਅ ਗੁੱਡ ਫਿਊਚਰ ਔਰ ਉਹਨਾਂ ਦਾ ਇਨਸ਼ੋਰ ਕਰੋ ਕਿ ਉਹ ਚੰਗੇ ਇਨਸਾਨ ਬਣਨ, ਜਿਵੇਂ ਤੂੰ ਹੈ ਖੁਸ਼ਹਾਲ, ਇਸੇ ਤਰ੍ਹਾਂ ਤੁਹਾਡੇ ਬੱਚੇ ਵੀ ਖੁਸ਼ਹਾਲ ਹੋਣ। ਤੇ ਮਾਂ ਪਿਓ ਨੇ ਤਾਂ ਚਲੇ ਜਾਣਾ ਉਮਰ ਕੱਢ ਕੇ, ਉਹਨਾਂ ਨੇ ਇੱਥੇ ਰਹਿਣਾ ਨਹੀਂ ਪਰਮਨੈਂਟਲੀ। ਤੇ ਮੈਂ ਕਹਾਂਗਾ, ਮੇਰੀ ਸਲਾਹ ਇਹਨਾਂ ਨੂੰ ਇਹ ਹੋਏਗੀ ਕਿ ਮਾਂ ਪਿਓ ਨੂੰ ਅਲੱਗ ਕਰਕੇ ਹਸਬੈਂਡ ਨੂੰ ਨਾਲ ਰਵੇ। ਬੱਚਿਆਂ ਦੇ ਵਿੱਚ ਬੜੀ ਜ਼ਬਰਦਸਤ ਇੱਕ ਹੌਸਲਾ ਅਫਜ਼ਾਈ ਹੁੰਦੀ ਹੈ ਜਦੋਂ ਬੱਚੇ ਗਰੋ ਕਰ ਰਹੇ ਹੁੰਦੇ ਨੇ, ਦੇ ਡੋਂਟ ਲਾਈਕ ਸੈਪਰੇਟਡ ਪੇਰੈਂਟਸ, ਇਹ ਬਹੁਤ ਜ਼ਰੂਰੀ ਹੈ, ਇਹ ਆਪਣਾਪਣ ਛੱਡ ਦੇਵੇ ਜੀ। ਇੱਥੇ ਹੁਣ ਇਹ ਦੇਖੇ ਕਿ ਇੰਪੋਰਟੈਂਟ ਕੀ ਹੈ, ਦੇਖੋ ਤੁਸੀਂ ਜਦੋਂ ਇਕੱਲੇ ਹੁੰਦੇ, ਮੈਂ ਇੱਕ ਵਾਰੀ ਬਹੁਤ ਪਹਿਲੇ ਵੀ ਕਿਹਾ ਸੀ ਕਿ ਇਕੱਲਾ ਜਦੋਂ ਹੁੰਦਾ ਨਾ ਆਦਮੀ, ਉਹ ਕਹਿੰਦਾ ਮੈਂ, ਜਿਸਲੇ ਵਿਆਹਿਆ ਜਾਂਦਾ ਫਿਰ ਉਹ ਕਹਿੰਦਾ ਸਾਡਾ, ਜਿਸਲੇ ਉਹ ਬੱਚੇ ਵੀ ਹੋ ਜਾਂਦੇ ਨੇ ਫਿਰ ਸਾਡਾ ਵੀ ਮੁੱਕ ਜਾਂਦਾ, ਖਤਮ ਹੋ ਜਾਂਦਾ, ਫਿਰ ਹੁੰਦਾ ਹਮਾਰਾ, ਹਮਾਰੇ। ਇਹ ਜਿਹੜੀਆਂ ਡਿਫਰੈਂਸੀਏਸ਼ਨ ਹੈ ਸਟੇਜਿਸ ਦੀਆਂ, ਇਹ ਅਸੀਂ ਇਵੋਲਵ ਕਰਦੇ ਹਾਂ, ਇਹ ਬਹੁਤ ਜ਼ਰੂਰੀ ਹੈ। ਇਹਨਾਂ ਨੂੰ ਤੁਸੀਂ ਮੇਨਟੇਨ ਕਰੋਗੇ ਤੇ ਤੁਸੀਂ ਆਪ ਹੀ ਅੱਛੇ ਨਹੀਂ ਹੋਗੇ, ਤੁਹਾਡੀ ਔਲਾਦ ਚੰਗੀ ਹੋਊਗੀ ਐਂਡ ਯੂ ਵਿਲ ਲੀਵ ਅ ਵੈਰੀ ਹੈਪੀ ਲੈਗੇਸੀ ਐਂਡ ਅ ਗੁੱਡ ਫੈਮਿਲੀ ਬਿਹਾਈਂਡ। ਜੀ ਜੀ ਜੀ, ਬਹੁਤ ਵਧੀਆ। ਸੋ ਯੂ ਮੀਨ ਰਾਈਟ ਅਵੇ ਪ੍ਰਾਇਰਟਾਈਜ਼ ਕਰੋ ਕਿ ਤੁਹਾਨੂੰ ਕੀ ਇਸ ਵੇਲੇ ਯੂ ਨੋ ਵਾਟ ਇਜ਼ ਮੋਰ ਇੰਪੋਰਟੈਂਟ ਟੂ ਯੂ। ਹਾਂਜੀ ਜੀ ਜੀ, ਆਈ ਥਿੰਕ ਪੇਰੈਂਟਸ ਨੂੰ ਅਲੱਗ ਕਰ ਦੋਵੇ, ਹਸਬੈਂਡ ਨੂੰ ਲਾਇਆ ਉਹ ਜ਼ਿਆਦਾ ਇੰਪੋਰਟੈਂਟ ਹੈ, ਕਲੋਜ਼ ਰਵੇ ਬੇਸ਼ੱਕ, ਬਟ ਯਾ ਸ਼ੀ ਕੈਨ ਡੂ ਦੈਟ। ਥੈਂਕ ਯੂ ਸੋ ਮਚ ਬ੍ਰਿੰਦਰ ਜੀ। ਯੂ ਨੋ ਤਾਂ ਹੀ ਅਸੀਂ ਕਹਿ ਰਹੇ ਸੀ ਕਿ ਕਈ ਵਾਰੀ ਬੜਾ ਇੰਪੈਕਟ ਹੁੰਦਾ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਬੱਚੇ ਦੇ ਉੱਤੇ ਵੀ ਕਿ ਗਿਵਿੰਗ ਦੈਮ ਟੂਗੈਦਰਨੈਸ ਇਜ਼ ਮੋਰ ਇੰਪੋਰਟੈਂਟ ਦੈਨ ਕਿ ਓਕੇ ਯੂ ਨੋ ਬਾਕੀ ਚੀਜ਼ਾਂ, ਕਿ ਮੈਂ ਕਿਹਾ ਸੀ ਮੇਰੀ ਗੱਲ ਕਿਉਂ ਨਹੀਂ, ਕਿਉਂਕਿ ਰਾਈਟ ਐਂਡ ਰੋਂਗ ਦੇ ਵਿੱਚ ਰਿਸ਼ਤੇ ਨਹੀਂ,
ਅਸੀਂ ਕਰ ਸਕਦੇ ਕਿ ਹੁਣ ਰਾਈਟ ਐਂਡ ਰੋਂਗ ਦੇ ਵਿੱਚ ਵਰਤ ਸਕੀਏ। ਐਂਡ ਦੂਜੇ ਪਾਸੇ ਬਿਲੀਫ ਸਿਸਟਮਸ ਆਰ ਸੋ ਡੀਪ ਰੂਟਡ ਕਿ ਇੰਡੀਅਨ ਮੈਨ ਆਰ ਨੋਟ ਪ੍ਰਪੇਅਰਡ, ਜਿਵੇਂ ਕੁੜੀਆਂ ਫਿਰ ਵੀ ਦੇ ਆਰ ਪ੍ਰਪੇਅਰਡ ਕਿ ਅੱਛਾ ਮੈਂ ਘਰੋਂ ਜਾਣਾ ਹੈ ਅਤੇ ਮੈਂ ਕਿਤੇ ਰਹਿਣਾ, ਬੜਾ ਅਨਕੋਮਨ ਹੈ। ਯੂ ਨੋ ਇਟ ਇਜ਼ ਅ ਵੈਲਕਮ ਆਈਡੀਆ ਕਿ ਕੁੜੀਆਂ ਕੋਲ ਪੇਰੈਂਟਸ ਰਹਿੰਦੇ ਹੈ ਔਰ ਯੂ ਨੋ ਜਵਾਈ ਜਿਵੇਂ ਕਹਿ ਰਹੇ ਨੇ, ਪਰ ਉਹ ਪ੍ਰਪੇਅਰ ਹੋ ਕੇ ਉੱਥੇ ਤੱਕ ਨਹੀਂ ਪਹੁੰਚੇ ਮੁੰਡੇ। ਸੋ ਉਹਨਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਨੂੰ ਕੀ ਅਰਕ ਕਰ ਰਿਹਾ, ਬਟ ਸਮ ਹਾਓ ਇੰਨਾ ਡੀਪ ਰੂਟਡ ਹੁੰਦਾ ਕਿ ਯੂ ਆਰ ਨੋਟ ਪ੍ਰਪੇਅਰਡ ਕਿ ਤੁਸੀਂ ਇਸ ਤਰ੍ਹਾਂ ਦੇ ਯੂ ਨੋ ਸਟਰਕਚਰ ਆਫ ਫੈਮਿਲੀ ਦੇ ਵਿੱਚ ਰਹੋਗੇ। ਐਂਡ ਸੈਕਿੰਡਲੀ ਆਈ ਫੀਲ ਕਿ ਜਿਹੜਾ ਉਹ ਦੂਸਰੇ ਘਰ 'ਚ ਰਹਿ ਆਏ ਨੇ ਐਂਡ ਦੈਨ ਹੀ ਨੋਜ਼ ਦ ਡਿਫਰੈਂਸ। ਸੋ ਲੈਟ ਮੀ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ? ਵਿਵੇਕ। ਹਾਂਜੀ ਸਵਾਗਤ ਹੈ, ਵੈਲਕਮ ਵਿਵੇਕ। ਦੱਸੋ ਕੀ ਕਹਿੰਦੇ ਹੋ? ਕਿਆ ਦੱਸੋ ਕੀ ਕਹਿੰਦੇ ਹੋ? ਵਾਟ ਵਿਲ ਯੂ ਸੇ ਟੁਡੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਫੋਨ ਤੇ ਗੱਲ ਕਰੋ ਸਾਡੇ ਨਾਲ। ਅੱਛਾ, ਤੋ ਆਪ ਲੋਗ ਕਿਆ ਬਾਤ ਕਰ ਰਹੇ ਥੇ? ਮੈਂ ਆਪਕੋ ਬ੍ਰੇਕ ਮੇਂ ਬਤਾਤੀ ਹੂੰ ਕਿਆ ਬਾਤ ਕਰ ਰਹੇ ਥੇ, ਸੋ ਆਪ ਹੋਲਡ ਕਰਕੇ ਰੱਖੋ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ।